ਇਹਨਾਂ ਨੇ ਪੁੱਛਿਆ ਹੈ ਕਿ ਸਰ ਜਿਹੜੀਆਂ ਤੁਹਾਡੀਆਂ ਵੀਡੀਓ ਹਨ ਕਿ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲਈ ਜੋ ਐਂਟਰੈਂਸ ਟੈਸਟ ਹੋ ਰਿਹਾ ਹੈ ਨੰਬਰ 1 ਕੋ ਸਾਂਝਾ ਐਂਟਰੈਂਸ ਟੈਸਟ ਹੋ ਰਿਹਾ ਹੈ ਉਸ ਦੀਆਂ ਹੀ ਵੀਡੀਓ ਹਨ ਹਾਂਜੀ ਉਸ ਲਈ ਵਰਤੀਆਂ ਜਾ ਸਕਦੀਆਂ ਹੈ ਕਿਸੇ ਵੀ ਐਂਟਰੈਂਸ ਟੈਸਟ ਲਈ ਇੰਡੀਆ ਦੇ ਕਿਸੇ ਵੀ ਐਂਟਰੈਂਸ ਟੈਸਟ ਲਈ ਇਹੀ ਕੁਐਸਚਨ ਲਗਭਗ 90% ਸਿਲੇਬਸ ਸੇਮ ਹੀ ਹੈ ਸਿਰਫ ਇੱਕ ਜਿੱਦਾਂ ਸਾਡੀ ਰੀਜਨਲ ਲੈਂਗੁਏਜ ਭਾਸ਼ਾ ਪੰਜਾਬੀ ਹੈ ਉਸ ਦਾ ਫਰਕ ਹੋਏਗਾ ਉਧਰ ਰੀਜਨਲ ਲੈਂਗੁਏਜ ਉਹਨਾਂ ਦੀ ਹੋ ਜਾਏਗੀ ਬਾਕੀ ਸੇਮ ਰਹੇਗਾ ਕੋਈ ਸੋਕ ਘਬਰਾਉਣਾ ਨਹੀਂ ਹੈ ਤੁਸੀਂ ਇਹ ਕਹਿ ਰਹੇ ਹਾਂ ਕਿ ਮੇਰਾ ਹਿਸਟਰੀ ਤੇ ਪੰਜਾਬੀ ਕੰਬੀਨੇਸ਼ਨ ਬੰਦਾ ਹੈ ਮੈਨੂੰ ਤੁਸੀਂ ਇਹ ਨਹੀਂ ਦੱਸਿਆ ਕਿ ਤੁਹਾਡਾ ਹਿਸਟਰੀ ਦੇ ਨਾਲ ਤੁਸੀਂ ਹੋਰ ਕੋਈ ਸੋਸ਼ਲ ਸਾਇੰਸ ਜੇ ਪੜ੍ਹੀ ਹੈ ਤਾਂ SST ਬਣ ਸਕਦਾ ਹੈ ਜੇ ਨਹੀਂ ਪੜ੍ਹੀ ਤਾਂ ਹਿਸਟਰੀ ਪੰਜਾਬੀ ਹਾਂਜੀ ਕੰਬੀਨੇਸ਼ਨ ਗੁੱਡ ਹੈ ਲੇਕਿਨ ਬਾਅਦ ਵਿੱਚ ਜੇ ਨਹੀਂ ਪੜ੍ਹੀ ਤਾਂ ਤੁਸੀਂ ਨਾਲ ਨਾਲ BEd ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਹੀ ਇੱਕ ਐਡੀਸ਼ਨਲ ਪੇਪਰ ਜਿਵੇਂ ਪੋਲੀਟੀਕਲ ਸਾਇੰਸ ਦਾ ਗ੍ਰੈਜੂਏਸ਼ਨ ਦਾ BEd ਦੇ ਨਾਲ ਨਾਲ ਹੀ ਦੇ ਦਿਓ ਤੇ ਉਸ ਤੋਂ ਬਾਅਦ BEd ਕਰਨ ਤੋਂ ਬਾਅਦ SST ਦਾ ਸੋਸ਼ਲ ਸਾਇੰਸ ਦਾ ਪੈਡਾਗੋਜੀ ਆਫ ਸੋਸ਼ਲ ਸਾਇੰਸ ਦਾ BEd ਦਾ ਐਗਜ਼ਾਮ ਦੇ ਦਿਓ ਫਿਰ ਤੁਸੀਂ SST ਲਈ ਵੀ ਐਲੀਜੀਬਲ ਹੋ ਜਾਓਗੇ PGT ਲਈ ਹਿਸਟਰੀ ਲਈ ਐਲੀਜੀਬਲ ਹੋ ਜਾਓਗੇ ਔਰ ਜੇ MA ਕਰਦੇ ਹੋ ਇਹਦੀ MA ਵੀ ਕਰਨੀ ਪੈਣੀ ਹੈ ਫਿਰ ਐਲੀਜੀਬਿਲਟੀ ਬਣਨੀ ਹੈ ਤੁਹਾਡੀ ਔਰ ਪੰਜਾਬੀ ਲਈ ਤੁਸੀਂ ਐਲੀਜੀਬਲ ਹੋ ਹੀ ਜੇ ਇਲੈਕਟਿਵ ਪੰਜਾਬੀ ਤੁਸੀਂ ਪੜ੍ਹੀ ਹੈ ਥੈਂਕ ਯੂ ਡਾਕਟਰ ਤੀਰਥ ਸਿੰਘ ਲਰਨ ਟੂ ਐਕਚੁਲਾਈਜ਼